ਪਰ ਇਹਦੇ ਨਾਲ ਹੀ ਦਾ ਦੂਸਰਾ ਇੱਕ ਦੋਸਤ ਸਾਥੀ ਸੀਗਾ ਸਨੀ ਜਿਹੜਾ ਕਿ ਬੇਸਿਕਲੀ ਹੁਸ਼ਿਆਰਪੁਰ ਦੇ ਰਹਿਣ ਵਾਲਾ ਹੈਗਾ ਵਾ ਸਵੇਰੇ ਉਹਨੇ ਇਹਦਾ ਮਰਡਰ ਕੀਤਾ ਲੱਗਦਾ ਜਿਸ ਹਿਸਾਬ ਦੇ ਨਾਲ ਬਲੱਡ ਵਗੈਰਾ ਹੈਗਾ ਵਾ ਇੱਟ ਮਾਰ ਕੇ ਜਿਹੜਾ ਅਕਿਊਜ਼ਡ ਹੈ ਉਹ ਸਨੀ ਨਾਂ ਦਾ ਬੰਦਾ ਹੈਗਾ ਉਹ ਕੱਠੀ ਕੰਮ ਕਰ ਟੇਲਰਿੰਗ ਦਾ ਕੰਮ ਕਰਦੇ ਸੀ ਅਸੀਂ ਤਾਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਪੜਤਾਲ ਕਰ ਰਹੇ ਹਾਂ ਲੇਕਿਨ ਬੰਦਾ ਅਰੈਸਟ ਹੋਣ ਤੋਂ ਬਾਅਦ ਅਸੀਂ ਪ੍ਰੋਪਰ ਇਨਵੈਸਟੀਗੇਸ਼ਨ ਕਰਾਂਗੇ ਰਿਮਾਂਡ ਲਵਾਂਗੇ ਉਹਦਾ ਉਸ ਬਗਲ ਸਾਹਮਣੇ ਲਿਆਵਾਂਗੇ ਕਿਉਂ ਮਰਡਰ ਹੋਇਆ ਇਹ ਅੱਜ ਕੋਈ ਕਰੀਬ 20-25 ਮਿੰਟ ਪਹਿਲਾਂ ਸਾਨੂੰ ਕੰਟਰੋਲ ਰੂਮ ਤੋਂ ਇੱਕ ਇਤਲਾਹ ਮਿਲੀ ਸੀਗੀ ਕਿ ਇਹ ਜਿਹੜਾ ਸ਼ੇਰੇ ਪੰਜਾਬ ਵਾਲੀ ਗਲੀ ਹੈਗੀ ਉਹਦੇ ਵਿੱਚ ਇੱਕ ਮਰਡਰ ਹੋਇਆ ਹੈਗਾ ਤੋ ਇਹਦੇ ਇਨਫੋਰਮੇਸ਼ਨ ਦੇ ਸੰਬੰਧ ਦੇ ਵਿੱਚ ਮੈਂ ਖੁਦ SHO ਰਾਮਾ ਮੰਡੀ ਨਾਲ ਸਾਡੇ ਪ੍ਰੋਵੇਸ਼ਨ DSP ਹੈ ਤੋ ਅਸੀਂ ਮੌਕੇ ਤੇ ਆਏ ਆ ਮੌਕਾ ਮੈਂ ਸਾਰਾ ਵੇਖ ਲਿਆ ਹੈਗਾ ਬੰਦੇ ਦੀ ਬਾਡੀ ਵੀ ਵੇਖ ਲਈ ਆ ਤੋ ਇਹ ਜਿਹੜਾ ਬੰਦਾ ਜਿਹਦੀ ਡੈਥ ਹੋਈ ਆ ਕੀ ਨਾਂ ਦੱਸਿਆ ਦਾ ਰਜਿੰਦਰ ਕੁਮਾਰ ਹੈ ਔਰ ਇਹਦੇ ਨਾਲ ਹੀ ਦਾ ਦੂਸਰਾ ਇੱਕ ਦੋਸਤ ਸਾਥੀ ਸੀਗਾ ਸਨੀ ਜਿਹੜਾ ਕਿ ਬੇਸਿਕਲੀ ਹੁਸ਼ਿਆਰਪੁਰ ਦੇ ਰਹਿਣ ਵਾਲਾ ਹੈਗਾ ਵਾ ਸਵੇਰੇ ਉਹਨੇ ਇਹਦਾ ਮਰਡਰ ਕੀਤਾ ਲੱਗਦਾ ਜਿਸ ਹਿਸਾਬ ਦੇ ਨਾਲ ਬਲੱਡ ਵਗੈਰਾ ਹੈਗਾ ਵਾ ਇੱਟ ਮਾਰ ਕੇ ਤੋ ਬਾਡੀ ਦੇਖ ਲਈ ਅਸੀਂ ਜਿਹੜੀ ਹੈਗੀ ਬਣਦੀ ਕਾਰਵਾਈ ਮਰਡਰ ਦੇ ਵਿੱਚ ਅਸੀਂ ਕੇਸ ਕਾਰਨ ਕੀ ਲੱਗਦਾ ਹਾਂ ਵੀ ਇਹਦੇ ਕੋਲ ਪਿੱਛੇ ਰੰਦਾ ਵੀ ਇਕੱਠੇ ਰਹਿੰਦੇ ਹੈਗੇ ਆ ਦੇਖੋ ਫਿਲਹਾਲ ਇਹਨੂੰ ਅਸੀਂ ਅਜੇ ਤਾਂ ਪ੍ਰਾਈਮ ਆਫਿਸ ਆਈ ਆ ਆਏ ਹੀ ਆ ਅਸੀਂ ਹਜੇ ਤੇ ਪ੍ਰੋਪਰ ਇਨਵੈਸਟੀਗੇਸ਼ਨ ਕਰਾਂਗੇ ਕਿ ਇਹ ਮਰਡਰ ਦੇ ਪਿੱਛੇ ਕੀ ਕਾਰਨ ਸੀਗਾ ਔਰ ਜਿਹੜਾ ਮੁਲਜ਼ਮ ਹੈਗਾ ਉਹਦੇ ਵਾਸਤੇ ਅਸੀਂ ਪਾਰਟੀਆਂ ਭੇਜ ਦਿੱਤੀਆਂ ਨੇ ਔਰ ਇਮੀਡੀਏਟਲੀ ਉਹਨੂੰ ਅਸੀਂ ਰਾਊਂਡ ਅਪ ਵੀ ਕਰ ਲਾਂਗੇ ਬਹੁਤ ਜਲਦੀ ਕੰਮ ਦੇ ਉੱਤੇ ਗੁੱਗੂ ਕਰਕੇ ਕੁਝ ਲਿਖਿਆ ਉਹ ਫਿਰ ਜਦੋਂ ਇਹਨੂੰ ਅਸੀਂ ਰਾਊਂਡ ਅਪ ਕਰ ਲਾਂਗੇ ਮੁਲਜ਼ਮ ਦੀ ਜਦੋਂ ਗ੍ਰਿਫਤਾਰੀ ਹੋਊਗੀ ਉਹਦੇ ਉੱਤੇ ਵੀ ਅਸੀਂ ਪ੍ਰੋਪਰ ਇਨਵੈਸਟੀਗੇਸ਼ਨ ਕਰਾਂਗੇ ਦੁਕਾਨਦਾਰ ਨਾਲ ਗੱਲ ਹੋਈ ਹੈ ਕੋਈ ਇਹਨਾਂ ਦੀ ਪੁਰਾਣੀ ਆਪਸ ਵਿੱਚ ਲੜਾਈ ਨਹੀਂ ਫਿਲਹਾਲ ਅਜੇ ਦੁਕਾਨਦਾਰ ਮੌਕੇ ਤੇ ਵੀ ਨਹੀਂ ਆਇਆ ਤੁਹਾਡੇ ਸਾਹਮਣੇ ਮੈਂ ਮੌਕੇ ਤੇ ਹੁਣ ਹੀ ਆਇਆ ਹੈਗਾ ਉਹਨਾਂ ਨੂੰ ਵੀ ਬੁਲਾ ਕੇ ਅਸੀਂ ਇਨਵੈਸਟੀਗੇਸ਼ਨ ਵਿੱਚ ਜੁਆਇਨ ਕਰਾਵਾਂਗੇ ਉਹਨਾਂ ਨੂੰ ਵੀ ਪਤਾ ਲੱਗੇ ਚੈੱਕ ਕਰ ਲੈਣੇ ਫਿਲਹਾਲ ਤਾਂ ਆਇਡੈਂਟੀਫਾਈਡ ਹੈਗਾ ਵਾ ਅਕਿਊਜ਼ਡ ਜਿਸ ਹਿਸਾਬ ਦੇ ਨਾਲ ਦੋਨੇ ਬੰਦੇ ਰਹਿੰਦੇ ਸੀਗੇ ਜਿੱਥੋਂ ਤੱਕ ਕਾਫੀ ਜ਼ਿਆਦਾ ਇਹ ਸਾਨੂੰ ਇਨਫੋਰਮੇਸ਼ਨ ਹੈਗੀ ਆ ਕਿ ਪਰ ਫਿਰ ਵੀ ਅਸੀਂ ਜਿਹੜੀ CCTV ਕੈਮਰਿਆਂ ਦੀ ਮਦਦ ਲਵਾਂਗੇ ਕਿਉਂਕਿ ਇਨਵੈਸਟੀਗੇਸ਼ਨ ਦੇ ਸਾਨੂੰ ਉਹਦਾ ਫਾਇਦਾ ਹੀ ਹੁੰਦਾ ਜਿਹੜਾ ਮਰਡਰ ਹੋਇਆ ਇਸ ਬਾਰੇ ਜੋ ਪ੍ਰੀਮੀਅਰ ਦੀ ਗੱਲ ਸਾਹਮਣੇ ਆਈ ਹੈ ਇਹਦੇ ਵਿੱਚ ਰਜਿੰਦਰ ਨਾਂ ਦਾ ਵਿਅਕਤੀ ਹੈਗਾ ਜੋ ਡਿਸਟ੍ਰਿਕਟ ਮੁਰਾਦਾਬਾਦ UP ਨੂੰ ਬਿਲੋਂਗ ਕਰਦਾ ਪ੍ਰਵਾਸੀ ਹੈਗੇ ਨੇ ਇੱਥੇ ਕੁਛ ਸਮੇਂ ਤੋਂ ਇਹ ਪਤਾ ਕਰਾਂਗੇ ਵੀ ਕਿੰਨੇ ਚਿਰ ਤੋਂ ਰਹਿ ਰਿਹਾ ਸੀ ਇੱਥੇ ਇਹਦਾ ਮਰਡਰ ਜਿਹੜਾ ਹੈਗਾ ਮਾਰਨਿੰਗ ਸਾਨੂੰ ਤਲਾਹ ਮਿਲੀ ਹੈ ਤਾਂ ਮੌਕੇ ਦੇ ਮੌਕੇ ਇੰਸਪੈਕਟ ਕੀਤਾ ਉਹਦੇ ਵਿੱਚ ਜਿਹੜਾ ਨਾਲ ਦਾ ਜੋ ਗੱਲ ਸਾਹਮਣੇ ਆਈ ਹੈ ਜਿਹੜਾ ਅਕਿਊਜ਼ਡ ਹੈ ਉਹ ਸਨੀ ਨਾਂ ਦਾ ਬੰਦਾ ਹੈਗਾ ਉਹ ਇਕੱਠੀ ਕੰਮ ਕਰ ਟੇਲਰਿੰਗ ਦਾ ਕੰਮ ਕਰਦੇ ਸੀ ਉਹਨੇ ਆਪਣੇ ਕਿਸੇ ਇੱਟਾਂ ਵਗੈਰਾ ਨਾਲ ਮਰਡਰ ਕੀਤਾ ਹੈਗਾ ਸਿਰ 'ਚ ਮਾਰ ਕੇ ਜੋ ਇਹ ਗੱਲ ਪ੍ਰਾਈਮਰੀ ਫੇਸੀ ਸਾਹਮਣੇ ਆਈ ਹੈ ਬਾਕੀ ਉਹ ਡਿਟੇਲ ਇਹਦੀ ਅਸੀਂ ਉਤੋਂ ਪੁੱਛਿਸ਼ ਕਰਕੇ ਇੰਟਰੋਗੇਸ਼ਨ ਕਰਕੇ ਗੱਲ ਸਾਹਮਣੇ ਲਿਆਵਾਂਗੇ ਵੀ ਇਹ ਮਰਡਰ ਉਹਨੇ ਕਿਉਂ ਕੀਤਾ ਕੀ ਕਾਰਨ ਸੀ ਮਰਡਰ ਕਰਨ ਦਾ ਸਰ ਮੌਕੇ ਤੋਂ ਸਨੀ ਨੂੰ ਗ੍ਰਿਫਤਾਰ ਕਰ ਲਿਆ ਹਾਂ ਸਾਡੇ DSP ਸਾਹਿਬ ਨੇ ਜੋ ਗੱਲ ਹੁਣ ਅਸੀਂ ਟੀਮਾਂ ਲਾਈਆਂ ਸੀ ਅਸੀਂ ਐਫਰਟਸ ਕਰ ਰਹੇ ਸੀ ਤੋ ਲੇਕਿਨ ਹੁਣੇ ਸਾਨੂੰ ਇਹ ਗੱਲ ਸਾਨੂੰ ਇਹ ਜਿਹੜੀ ਹੈਗੀ ਹੈ ਸਫਲਤਾ ਮਿਲੀ ਹੈ ਬੰਦਾ ਅਰੈਸਟ ਕਰ ਲਿਆ ਲੇਕਿਨ ਉਸ ਤੋਂ ਬਾਅਦ ਡਿਟੇਲ ਕੋਸ਼ਿਸ਼ ਕਰਾਂਗੇ ਸਰ ਕਾਰਨ ਪਤਾ ਲੱਗਿਆ ਕਿਉਂ ਮਾਰਿਆ ਗਿਆ ਇੱਕ ਆਪ ਸੇਲਮੈਨ ਹੈ ਸਨੀ ਤੇ ਇਹ ਮਾਸਟਰ ਹੈਗਾ ਬੜਾ ਡਿਫਰੈਂਟ ਅਸੀਂ ਦੇਖੋ ਉਹੀ ਗੱਲ ਹੈ ਨਾ ਅਸੀਂ ਫਿਲਹਾਲ ਅਸੀਂ ਤੁਹਾਡੇ ਕੋਲ ਅਸੀਂ ਸਾਡੇ ਇਨਵੈਸਟੀਗੇਸ਼ਨ ਕਰ ਰਹੇ ਹਾਂ ਪੜਤਾਲ ਕਰ ਰਹੇ ਹਾਂ ਲੇਕਿਨ ਬੰਦਾ ਅਰੈਸਟ ਹੋਣ ਤੋਂ ਬਾਅਦ ਅਸੀਂ ਪ੍ਰੋਪਰ ਇੰਟਰੋਗੇਸ਼ਨ ਕਰਾਂਗੇ ਰਿਮਾਂਡ ਲਵਾਂਗੇ ਉਹਦਾ ਉਸ ਬਗਲ ਸਾਹਮਣੇ ਲਿਆਵਾਂਗੇ ਕਿਉਂ ਮਰਡਰ ਹੋਇਆ ਸਨੀ ਨੂੰ ਪੁੱਛਿਆ ਇਕੱਲਾ ਹੀ ਸੀ ਜਾਂ ਨਾਲ ਹੋਰ ਵੀ ਕੋਈ ਨਹੀਂ ਉਹ ਅਸੀਂ ਕੋਸ਼ਿਸ਼ ਕਰਾਂਗੇ ਤੋਂ ਕੋਸ਼ਿਸ਼ ਕਰਾਂਗੇ ਹੁਣ ਕਿਹੜੀ ਜਗ੍ਹਾ ਤੋਂ ਗ੍ਰਿਫਤਾਰ ਕੀਤਾ ਗਿਆ ਜਗ੍ਹਾ ਡਿਟੇਲ ਚ ਅਸੀਂ ਪਾਰਟੀਆਂ ਲਾਈਆਂ ਸੀ ਉਹ ਤੁਸੀਂ ਡਿਟੇਲ ਲੈ ਕੇ ਤੁਹਾਨੂੰ ਬਾਅਦ ਚ ਇਸ ਬੰਦੇ ਡਿਟੇਲ ਦੇਵਾਂਗੇ।